ਇਹ ਪੋਸਟਰ ਵਿੱਚ ਅਸੀਂ ਆਪਣੀਆਂ ਚੌਂਕੀਆਂ ਅਤੇ ਥਾਣਿਆਂ ਦੇ ਨੰਬਰ ਡਿਸਪਲੇ ਕੀਤੇ ਹੈ ਕਿ ਸਾਡੇ ਸ਼੍ਰੀ ਚਮਕੌਰ ਸਾਹਿਬ ਦੇ ਹਲਕੇ ਵਿੱਚ ਵਸਨੀਕ ਕਿਸੇ ਵੀ ਸੀਨੀਅਰ ਸਿਟੀਜ਼ਨ ਨੂੰ ਕਿਸੇ ਵੀ ਸਮੱਸਿਆ ਦਾ ਅਗਰ ਉਹ ਸਾਹਮਣਾ ਕਰ ਰਹੇ ਹੈ ਤਾਂ ਪੁਲਿਸ ਸਟੇਸ਼ਨ ਆਉਣ ਦੀ ਲੋੜ ਨਹੀਂ ਹੈ, ਉਹ ਸਾਨੂੰ ਫੋਨ ਕਰਨ, ਅਸੀਂ ਉਹਨਾਂ ਦੇ ਘਰ ਜਾ ਕੇ ਉਹਨਾਂ ਦੀ ਸਮੱਸਿਆ ਦਾ ਹੱਲ ਕਰਾਂਗੇ। ਮੈਂ ਸੋਸ਼ਲ ਮੀਡੀਆ ਦੇ ਪੇਜ 'ਤੇ ਆਪਣੇ ਆਪ ਨੂੰ ਲਿਆਂਦਾ ਅਤੇ ਮੈਨੂੰ ਦੱਸਦੇ ਹੋਏ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ 80,000 ਦੇ ਕਰੀਬ ਜਿਹੜੇ ਚਾਹੁਣ ਵਾਲੇ ਨੇ ਉਹ ਡੇਲੀ ਅਸੀਂ ਜੁੜੇ ਰਹਿੰਦੇ ਹਾਂ। ਆਮ ਤੌਰ 'ਤੇ ਜਿਹੜਾ ਮਤਲਬ ਅਫਸਰਾਂ ਦਾ ਇੱਕ ਡਰ ਬਣਿਆ, ਲੋਕ ਆਉਂਦੇ ਨਹੀਂ ਆ, ਮਿਲਦੇ ਨਹੀਂ, ਫੋਨ ਨਹੀਂ ਕਰਦੇ, ਪਤਾ ਨਹੀਂ ਪੁਲਿਸ ਵਾਲਿਆਂ ਦਾ ਇੱਕ ਮਤਲਬ ਖੌਫ ਜਿਹਾ ਬਣਿਆ ਹੋਇਆ ਸੀ ਪਿਛਲੇ ਸਮੇਂ 'ਚ, ਪਰ ਤੁਸੀਂ ਜਿਸ ਤਰ੍ਹਾਂ ਲੋਕਾਂ ਦੇ ਨਾਲ ਪਿਆਰ ਵਧਾਇਆ, ਇੱਕ ਮਹਿਮ ਜਿਹੜੀ ਆ ਲੱਖ ਵੱਖ ਵੱਖ ਚਲਾ ਰਹੇ ਹੋ, ਅਤੇ ਉਸ ਮਹਿਮ ਦੇ ਦੌਰਾਨ ਜਿਸ ਤਰ੍ਹਾਂ ਲੋਕਾਂ ਨਾਲ ਨੇੜਤਾ ਵਧੀ ਆ ਅਤੇ ਕ੍ਰਾਈਮ ਨੂੰ ਜਿਹੜਾ ਹੈਗਾ ਖਤਮ ਕਰਨ ਦੇ ਵਿੱਚ ਕਿੰਨਾ ਕੁ ਤੁਸੀਂ ਦੇਖਦੇ ਹੋ ਕਾਰਗਰ ਸਾਬਤ ਹੋਇਆ? ਅਸੀਂ ਆਪਣੀ ਜਿਹੜੀ ਡਿਊਟੀ ਕਰਨੀ ਉਹ ਤਾਂ ਅਸੀਂ ਕਰਦੇ ਹੀ ਰਹਿਣਾ, ਇਹਦੇ ਨਾਲ ਨਾਲ ਜਦ ਅਸੀਂ ਕੋਈ ਵੱਖਰਾ ਕੋਈ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਕੋਈ ਉਪਰਾਲਾ ਕਰਦੇ ਹਾਂ ਤਾਂ ਸਮਾਜ 'ਚ ਸਮਾਜ ਦੇ ਲੋਕਾਂ 'ਚ ਵਿਚਰਦੇ ਹਾਂ ਜਦ ਅਸੀਂ, ਤਾਂ ਸਾਨੂੰ ਹੋਰ ਵਧੀਆ ਨੇੜਤਾ ਮਿਲਦੀ ਹੈ। ਗੁਰੂਆਂ ਪੀਰਾਂ ਫਕੀਰਾਂ ਦੇ ਵੱਲੋਂ ਮਨੁੱਖਤਾ ਦੀ ਸੇਵਾ ਨੂੰ ਸਭ ਤੋਂ ਉੱਤਮ ਸੇਵਾ ਦਾ ਦਰਜਾ ਦਿੱਤਾ ਗਿਆ ਹੈ। ਸੋ ਇਸੇ ਸੇਵਾ ਦੇ ਰਾਹ ਦੇ ਉੱਤੇ ਚੱਲਦੇ ਹੋਏ ਰੂਪਨਗਰ ਜ਼ਿਲ੍ਹਾ ਪੁਲਿਸ ਦੇ ਵੱਲੋਂ ਇੱਕ ਵੱਖਰੀ ਮੁਹਿੰਮ ਸ਼ੁਰੂ ਕੀਤੀ ਗਈ ਹੈ। SSP ਡਾਕਟਰ ਸੰਦੀਪ ਗਰਗ ਦੀ ਅਗਵਾਈ ਦੇ ਵਿੱਚ DSP ਚਮਕੌਰ ਸਾਹਿਬ ਗੁਰਦੇਵ ਸਿੰਘ ਜੀ ਵੱਲੋਂ ਇੱਕ ਵੱਖਰੀ ਜਿਹੜੀ ਹੈਗੀ ਆ ਮੁਹਿੰਮ ਸ਼ੁਰੂ ਕੀਤੀ ਗਈ ਆ ਮਨੁੱਖਤਾ ਦੀ ਸੇਵਾ ਦੇ ਵਿੱਚ। ਸੋ ਕੀ ਸੇਵਾ ਸ਼ੁਰੂ ਕੀਤੀ ਗਈ ਆ ਉਹ ਜਾਣਾਂਗੇ DSP ਚਮਕੌਰ ਸਾਹਿਬ ਗੁਰਦੇਵ ਸਿੰਘ ਜੀ ਕੋਲੋਂ। ਬਹੁਤ ਬਹੁਤ ਸਵਾਗਤ ਜੀ ਪੰਜਾਬੀ ਲੋਕ ਚੈਨਲ 'ਚ। ਥੈਂਕ ਯੂ ਜੀ, ਧੰਨਵਾਦ। DSP ਸਾਹਿਬ, ਬਹੁਤ ਚਰਚੇ ਅੱਜ ਕੱਲ੍ਹ ਤੁਹਾਡੇ ਜਿਹੜੇ ਹੈਗੇ ਆ, ਪਹਿਲਾਂ ਟ੍ਰੈਫਿਕ ਨੂੰ ਲੈ ਕੇ ਤੁਸੀਂ ਤਰ੍ਹਾਂ ਤਰ੍ਹਾਂ ਦੇ ਜਿਹੜੇ ਹੈਗੇ ਆ ਸੋਸ਼ਲ ਮੀਡੀਆ 'ਤੇ ਹਰ ਰੋਜ਼ ਤੁਹਾਡੇ ਇੱਕ ਤਰ੍ਹਾਂ ਦੀ ਪੋਸਟ ਆਉਂਦੀ ਆ ਟ੍ਰੈਫਿਕ ਨਿਯਮਾਂ ਨੂੰ ਲੈ ਕੇ, ਮਨੁੱਖਤਾ ਨੂੰ ਇੱਕ ਮਤਲਬ ਜਿਹੜੀ ਜਾਨ ਕਿਸ ਤਰ੍ਹਾਂ ਬਚਾਈ ਜਾ ਸਕਦੀ ਆ ਰੋਡ ਸੇਫਟੀ ਲੈ ਕੇ, ਅਤੇ ਹੁਣ ਇੱਕ ਜਿਹੜੀ ਵੱਖਰੀ ਮੁਹਿੰਮ ਸ਼ੁਰੂ ਕੀਤੀ ਆ ਬਜ਼ੁਰਗਾਂ ਨੂੰ ਲੈ ਕੇ, ਲਵਾਰਸਾਂ ਨੂੰ ਲੈ ਕੇ, ਉਹ ਕੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਅਤੇ ਕਿਸ ਤਰ੍ਹਾਂ ਜਿਹੜੀ ਹੈਗੀ ਆ ਲੋਕਾਂ ਤੱਕ ਪਹੁੰਚ ਕਰੋਗੇ? ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਪਿਛਲੇ ਦਿਨੀ ਮਦਰਸ ਡੇ 'ਤੇ ਅਸੀਂ ਮਾਨਯੋਗ SSP ਸਾਹਿਬ ਸ਼੍ਰੀ ਸੰਦੀਪ ਗਰਗ ਜੀ IPS SSP ਰੂਪਨਗਰ ਜੀ ਦੀਆਂ ਵਿਸ਼ੇਸ਼ ਹਦਾਇਤਾਂ ਮੁਤਾਬਕ ਉਹਨਾਂ ਦੇ ਥਾਪੜੇ ਨਾਲ ਅਸੀਂ ਇੱਕ ਵਿਸ਼ੇਸ਼ ਉਪਰਾਲਾ ਕੀਤਾ ਕਿ ਸ਼੍ਰੀ ਚਮਕੌਰ ਸਾਹਿਬ ਦੀ ਸਬ ਡਿਵੀਜ਼ਨ ਦੇ ਏਰੀਏ ਵਿੱਚ ਜੇਕਰ ਕਿਸੇ ਵੀ ਸੀਨੀਅਰ ਸਿਟੀਜ਼ਨ ਨੂੰ ਕੋਈ ਪੁਲਿਸ ਸਟੇਸ਼ਨ ਤੱਕ ਕੋਈ ਸਮਾਜਿਕ ਜਾਂ ਉਹਨਾਂ ਦਾ ਕੋਈ ਹੋਰ ਆਪਣਾ ਘਰੇਲੂ ਕੋਈ ਵੀ ਅਜਿਹੀ ਸਮੱਸਿਆ ਜਿਹਦੇ ਨਾਲ ਉਹ ਜੂਝ ਰਹੇ ਨੇ ਉਸ ਸੰਬੰਧੀ ਉਹਨਾਂ ਨੂੰ ਪੁਲਿਸ ਸਟੇਸ਼ਨ ਆਉਣ ਦੀ ਲੋੜ ਨਹੀਂ, ਉਹ ਸਿਰਫ ਸਾਨੂੰ ਅਸੀਂ ਨੰਬਰ ਡਿਸਪਲੇ ਕੀਤੇ ਆ, ਨੰਬਰ ਭੇਜੇ ਆ ਕਿ ਉਹਨਾਂ ਨੰਬਰਾਂ 'ਤੇ ਉਹ ਇਤਲਾਹ ਦੇਣ, ਸਾਡੀ ਪੁਲਿਸ ਪਾਰਟੀ ਉਹਨਾਂ ਦੇ ਘਰ ਪੁੱਜ ਕੇ ਉਹ ਜਿਹੜੀ ਵੀ ਸਮੱਸਿਆ ਉਹਨਾਂ ਨੂੰ ਪੇਸ਼ ਆ ਰਹੀ ਹੈ ਉਹ ਸਮੱਸਿਆ ਦਾ ਹੱਲ ਕਰੇਗੀ। ਜੇਕਰ ਕਿਸੇ ਵੀ ਕਾਨੂੰਨੀ ਕਾਰਵਾਈ ਦੀ ਲੋੜ ਪੈਂਦੀ ਹੈ ਤਾਂ ਅਜਿਹੀ ਕਾਨੂੰਨੀ ਕਾਰਵਾਈ ਤੁਰੰਤ ਅਮਲ 'ਚ ਲਿਆ ਕੇ ਜਿਹੜੀ ਹੈਗੀ ਹੈ ਉਹਨਾਂ ਦੀ ਸਮੱਸਿਆ ਦਾ ਹੱਲ ਕੀਤਾ ਜਾਵੇਗਾ। ਸੋ ਬਿਲਕੁਲ ਬਹੁਤ ਵਧੀਆ ਜਿਹੜੀ ਹੈਗੀ ਇੱਕ ਵੱਖਰੀ ਇਹਨਾਂ ਨੇ ਸੇਵਾ ਸ਼ੁਰੂ ਕੀਤੀ ਹੈ, ਕਿਉਂਕਿ ਅਕਸਰ ਸ਼ਿਕਾਇਤਾਂ ਰਹਿੰਦੀਆਂ ਸੀ ਕਿ ਬਜ਼ੁਰਗਾਂ ਦੀ ਪੁੱਛ ਪੜਤਾਲ ਨਹੀਂ ਹੁੰਦੀ, ਉਹਨਾਂ ਨਾਲ ਧੱਕੇਸ਼ਾਹੀ ਹੁੰਦੀ ਹੈ ਅਤੇ ਜਦੋਂ ਕੋਰਟ ਕਚਹਿਰੀਆਂ ਥਾਣਿਆਂ ਦੇ ਵਿੱਚ ਜਾਂਦੇ ਆ ਉੱਥੇ ਉਹਨਾਂ ਨੂੰ ਪਰੇਸ਼ਾਨ ਹੋਣਾ ਪੈਂਦਾ, ਉੱਥੇ ਵੀ ਸੁਣਵਾਈ ਨਹੀਂ ਹੁੰਦੀ। ਸੋ DSP ਸਾਹਿਬ, ਮਤਲਬ ਫੁਰਨਾ ਕਿਵੇਂ ਆਇਆ ਦਿਮਾਗ ਦੇ ਵਿੱਚ ਕਿ ਇਹ ਜਿਹੜੀ ਹੈਗੀ ਹੈ ਵੱਖਰੇ ਤੌਰ 'ਤੇ ਇੱਕ ਮੁਹਿੰਮ ਸ਼ੁਰੂ ਕੀਤੀ ਜਾਵੇ? ਆਮ ਤੌਰ 'ਤੇ ਦੇਖਿਆ ਜਾਂਦਾ ਕਿ ਬਜ਼ੁਰਗ ਵਿਅਕਤੀ ਜਿਹੜੇ ਮਤਲਬ ਸੀਨੀਅਰ ਸਿਟੀਜ਼ਨ ਆਪਾਂ ਕਹਿ ਦਿੰਦੇ ਹਾਂ, 60 ਸਾਲ ਤੋਂ ਉੱਪਰ ਕੋਈ ਵੀ ਜਿਹੜਾ ਵਿਅਕਤੀ ਜਦੋਂ ਉਹ 60 ਸਾਲ ਦੀ ਉਮਰ ਟੱਪ ਜਾਂਦਾ ਤਾਂ ਉਹਨਾਂ ਨੂੰ ਸੀਨੀਅਰ ਸਿਟੀਜ਼ਨ ਕਿਹਾ ਜਾਂਦਾ। ਸਾਡੇ ਇੱਥੇ ਸ਼੍ਰੀ ਚਮਕੌਰ ਸਾਹਿਬ 'ਚ ਉਹਨਾਂ ਨੇ ਆਪਣਾ ਸੀਨੀਅਰ ਸਿਟੀਜ਼ਨਸ ਨੇ ਆਪਣਾ ਇੱਕ ਵਿਸ਼ੇਸ਼ ਪ੍ਰੋਗਰਾਮ ਕਰਨਾ ਸੀਗਾ, ਉਹਨਾਂ ਨੂੰ ਮੈਂ ਬੇਨਤੀ ਕੀਤੀ ਕਿ ਇਹ ਪ੍ਰੋਗਰਾਮ ਆਪਾਂ ਮਦਰਸ ਡੇ 'ਤੇ ਕਰੀਏ ਅਤੇ ਮੈਨੂੰ ਵੀ ਉਹਦੇ 'ਚ ਆਉਣ ਦਾ ਸੱਦਾ ਜਿਹੜਾ ਹੈਗਾ ਮੈਨੂੰ ਮੌਕਾ ਦਿੱਤਾ ਜਾਵੇ, ਮੈਂ ਉਸ ਪ੍ਰੋਗਰਾਮ 'ਚ ਸ਼ਾਮਿਲ ਹੋਣਾ ਚਾਹੁੰਦਾ। ਉਹਨਾਂ ਨੇ ਮੇਰੀ ਇਸ ਬੇਨਤੀ ਨੂੰ ਸਵੀਕਾਰ ਕਰਦਿਆਂ ਮੈਨੂੰ ਉਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਦਾ ਮੌਕਾ ਦਿੱਤਾ, ਜਿੱਥੇ ਅਸੀਂ ਆਪਣੇ ਸੀਨੀਅਰ ਸਿਟੀਜ਼ਨ ਵਾਸਤੇ ਇੱਕ ਪ੍ਰੋਪਰ ਸਪੈਸ਼ਲ ਪੋਸਟਰ ਤਿਆਰ ਕਰਕੇ ਅਸੀਂ ਜਿਹੜਾ ਉੱਥੇ ਡਿਸਟ੍ਰੀਬਿਊਟ ਕੀਤੇ। ਇਹ ਪੋਸਟਰ ਵਿੱਚ ਅਸੀਂ ਆਪਣੀਆਂ ਚੌਂਕੀਆਂ ਅਤੇ ਥਾਣਿਆਂ ਦੇ ਨੰਬਰ ਡਿਸਪਲੇ ਕੀਤੇ ਹੈ ਕਿ ਸਾਡੇ ਸ਼੍ਰੀ ਚਮਕੌਰ ਸਾਹਿਬ ਦੇ ਹਲਕੇ ਵਿੱਚ
ਵਸਨੀਕ ਕਿਸੇ ਵੀ ਸੀਨੀਅਰ ਸਿਟੀਜ਼ਨ ਨੂੰ ਕਿਸੇ ਵੀ ਸਮੱਸਿਆ ਦਾ ਅਗਰ ਉਹ ਸਾਹਮਣਾ ਕਰ ਰਹੇ ਹੈ ਤਾਂ ਪੁਲਿਸ ਸਟੇਸ਼ਨ ਆਉਣ ਦੀ ਲੋੜ ਨਹੀਂ ਹੈ, ਉਹ ਸਾਨੂੰ ਫੋਨ ਕਰਨ, ਅਸੀਂ ਉਹਨਾਂ ਦੇ ਘਰ ਜਾ ਕੇ ਉਹਨਾਂ ਦੀ ਸਮੱਸਿਆ ਦਾ ਹੱਲ ਕਰਾਂਗੇ। DSP ਸਾਹਿਬ, ਤੁਹਾਡੀ ਸੋਚ ਜਿਹੜੀ ਹੈਗੀ ਇੱਕ ਵੱਖਰੀ ਸੋਚ। ਆਮ ਤੌਰ 'ਤੇ ਅਫਸਰ ਕਹਿੰਦੇ ਯਾਰ ਤਨਖਾਹ ਤਾਂ ਉਨੀ ਓ ਮਿਲਣੀ ਹੈ ਸਾਨੂੰ, ਮਤਲਬ ਜਿੰਨਾ ਮਰਜ਼ੀ ਕੰਮ ਕਰ ਲਈਏ, ਜੇ ਘੱਟ ਕਰੂੰਗੇ ਤਾਂ ਵੀ ਉਨੀ ਓ ਮਿਲਣੀ ਹੈ, ਵੱਧ ਕਰੂੰਗੇ ਤਾਂ ਵੀ। ਅਤੇ ਜਦੋਂ ਲੋਕਾਂ ਦੇ ਕਮੈਂਟ ਆਉਂਦੇ ਆ ਫੇਸਬੁੱਕ 'ਤੇ ਜਾਂ ਲੋਕ ਆ ਕੇ ਤੁਹਾਨੂੰ ਇੱਥੇ ਮਤਲਬ ਮਿਲਦੇ ਆ ਥਾਣਿਆਂ ਦੇ ਵਿੱਚ ਪਰਿਵਾਰਕ ਮੈਂਬਰਾਂ ਦੀ ਤਰ੍ਹਾਂ ਤੁਹਾਡੇ ਨਾਲ ਜਿਹੜੇ ਹੈਗੇ ਸੰਬੰਧ ਰੱਖਦੇ, ਆਪਣੇ ਸਮਾਗਮਾਂ ਦੇ ਵਿੱਚ ਵੀ ਜਿਹੜੇ ਹੈਗੇ ਬੁਲਾਉਂਦੇ ਆ, ਕਿਵੇਂ ਮਹਿਸੂਸ ਹੁੰਦਾ ਫਿਰ? ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੈਂ ਇਸ ਤੋਂ ਪਹਿਲਾਂ ACP ਟ੍ਰੈਫਿਕ ਦੇ ਵਜੋਂ ਲੁਧਿਆਣਾ ਵਿੱਚ ਸੇਵਾ ਕਰ ਰਿਹਾ ਸੀ। COVID-19 ਚ ਵੀ ਅਸੀਂ ਬਹੁਤ ਸਾਰੀ ਮਿਹਨਤ ਕੀਤੀ ਅਤੇ ਜਿਹਦੇ ਸਦਕਾ ਮੈਂ ਸੋਸ਼ਲ ਮੀਡੀਆ ਦੇ ਪੇਜ 'ਤੇ ਆਪਣੇ ਆਪ ਨੂੰ ਲਿਆਂਦਾ, ਅਤੇ ਮੈਨੂੰ ਦੱਸਦੇ ਹੋਏ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ 80,000 ਦੇ ਕਰੀਬ ਜਿਹੜੇ ਚਾਹੁਣ ਵਾਲੇ ਨੇ ਉਹ ਡੇਲੀ ਅਸੀਂ ਜੁੜੇ ਰਹਿੰਦੇ ਹਾਂ। ਅਤੇ ਮੈਂ ਰੋਡ ਸੇਫਟੀ ਨਾਲ ਸੰਬੰਧਿਤ ਅਤੇ ਪੁਲਿਸ ਡਿਪਾਰਟਮੈਂਟ ਨਾਲ ਅਵੇਅਰਨੈਸ ਨਾਲ ਸੰਬੰਧਿਤ ਜਿਹੜੀਆਂ ਚੀਜ਼ਾਂ ਉਹ ਆਪਣੇ ਇਸ ਪੇਜ ਤੋਂ ਸ਼ੇਅਰ ਕਰਦਾ ਰਹਿੰਦਾ। ਆ ਜਿਹੜੀ ਤੁਸੀਂ ਗੱਲ ਕੀਤੀ ਹੈ, ਜਦੋਂ ਉਹਦੇ 'ਚ ਕੋਈ ਵਧੀਆ ਕਮੈਂਟ ਲਿਖਿਆ ਜਾਂਦਾ ਹੈ ਤਾਂ ਅਜਿਹੇ ਕਮੈਂਟ ਵਿਅਕਤੀ ਨੂੰ ਹੋਰ ਵਧੀਆ ਚੰਗੀਆਂ ਗੱਲਾਂ ਕਰਨ ਲਈ ਪ੍ਰੇਰਿਤ ਕਰਦੇ ਆ। ਅਤੇ ਉਹ ਕਮੈਂਟ ਜਿੱਥੇ ਮੈਨੂੰ ਮੇਰੀ ਸੋਚ ਨੂੰ ਹੋਰ ਵਧੀਆ ਬਣਾਉਣ ਵਾਸਤੇ ਮਦਦ ਦਿੰਦੇ ਆ, ਅਤੇ ਉੱਥੇ ਨਾਲ ਨਾਲ ਮੇਰੀ ਹੱਲਾਸ਼ੇਰੀ, ਮੈਨੂੰ ਮੋਟੀਵੇਸ਼ਨ, ਹੌਂਸਲਾ ਮੇਰਾ ਵੱਧਦਾ ਅਤੇ ਮੈਂ ਅਜਿਹੇ ਕੰਮ ਕਰਨ ਵਾਸਤੇ ਹੋਰ ਵਧੇਰੇ ਤਤਪਰ ਹੋ ਜਾਂਦਾ। DSP ਸਾਹਿਬ, ਰਾਸ਼ਟਰਪਤੀ ਵੱਲੋਂ ਜਿਹੜਾ ਹੈਗਾ ਸੇਵਾ ਮੈਡਲ ਵੀ ਤੁਹਾਨੂੰ ਪ੍ਰਦਾਨ ਕੀਤਾ ਗਿਆ, ਬੋਲੋ ਐਡਾ ਬੜਾ ਮਾਣ ਸਤਿਕਾਰ, ਬੋਲੇ ਕਦੋਂ ਤੋਂ ਤੁਸੀਂ ਇਹ ਸਮਾਜ ਸੇਵਾ ਦੇ ਵਿੱਚ ਪਏ ਹੋ? ਦੇਖੋ, ਜਦੋਂ ਤੋਂ ਪੁਲਿਸ ਦੀ ਜਿਹੜੀ ਨੌਕਰੀ ਹੈ ਇਹ ਹੈ ਹੀ ਇੱਕ ਬਹੁਤ ਵੱਡੀ ਸੇਵਾ ਹੈ, ਇਹਨੂੰ ਸੇਵਾ ਦੇ ਵਜੋਂ ਜੇ ਕੀਤਾ ਜਾਵੇ ਤਾਂ ਸਰਕਾਰੀ ਜਿਹੜੇ ਅਸੀਂ ਆਪਣੀ ਜਿਹੜੀ ਡਿਊਟੀ ਕਰਨੀ ਉਹ ਤਾਂ ਅਸੀਂ ਕਰਦੇ ਹੀ ਰਹਿਣਾ। ਇਹਦੇ ਨਾਲ ਨਾਲ ਜਦ ਅਸੀਂ ਕੋਈ ਵੱਖਰਾ ਕੋਈ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਕੋਈ ਉਪਰਾਲਾ ਕਰਦੇ ਹਾਂ ਤਾਂ ਸਮਾਜ 'ਚ, ਸਮਾਜ ਦੇ ਲੋਕਾਂ 'ਚ ਵਿਚਰਦੇ ਹਾਂ ਜਦ ਅਸੀਂ, ਤਾਂ ਸਾਨੂੰ ਹੋਰ ਵਧੀਆ ਨੇੜਤਾ ਮਿਲਦੀ ਹੈ। ਅਤੇ ਮੈਨੂੰ ਬੜਾ ਚੰਗਾ ਲੱਗਦਾ ਜਦੋਂ ਫੋਰਨ ਤੋਂ ਕਾਲਾਂ ਜਿਹੜੀਆਂ ਮੈਨੂੰ ਮੋਟੀਵੇਟ ਕਰਦੀਆਂ, ਮੈਨੂੰ ਵੱਖ ਵੱਖ ਰਾਜਾਂ ਤੋਂ ਕਾਲਾਂ ਆਉਂਦੀਆਂ ਜਿਹੜੇ ਮੈਨੂੰ ਜਿੱਥੇ ਮੇਰੀ ਹੌਸਲਾ ਅਫਜਾਈ ਕਰਦੇ ਆ, ਉੱਥੇ ਨਾਲ ਨਾਲ ਕਈ ਵਾਰੀ ਉਹ ਮੈਨੂੰ ਹੋਰ ਵਧੀਆ ਗੱਲਾਂ ਵੀ ਜਿਹੜੀਆਂ ਨਾਲ ਉਹ ਦੱਸਦੇ ਆ ਵੀ ਇਹਦੇ ਨਾਲ ਜੇ ਤੁਸੀਂ ਇਹ ਕਰੋ ਤਾਂ ਇਹ ਵੀ ਬਹੁਤ ਵਧੀਆ ਰਹੇਗਾ। ਸੋ ਅਸੀਂ ਕੁਛ ਨਾ ਕੁਛ ਨਵਾਂ ਜਿਹੜਾ ਰੋਜ਼ ਕਰਨ ਦੇ ਕਰਨ ਲਈ ਤਤਪਰ ਰਹਿੰਦੇ ਹਾਂ। ਅਤੇ ਮੈਨੂੰ ਇਹ ਲੱਗਦਾ ਕਿ ਜਿਹੜੀ ਅਵੇਅਰਨੈਸ ਹੈ ਇਹ ਕਿਤੇ ਨਾ ਕਿਤੇ ਜ਼ਰੂਰ ਫਾਇਦੇਮੰਦ ਹੁੰਦੀ ਹੈ। DSP ਸਾਹਿਬ, ਜਿਸ ਤਰ੍ਹਾਂ ਤੁਸੀਂ ਲਗਾਤਾਰ ਲੋਕਾਂ ਨਾਲ ਪਿਆਰ ਵਧਾ ਰਹੇ ਹੋ, ਤਰ੍ਹਾਂ ਤਰ੍ਹਾਂ ਦੀਆਂ ਮੁਹਿੰਮਾਂ ਸ਼ੁਰੂ ਕੀਤੀਆਂ ਗਈਆਂ, ਆਮ ਤੌਰ 'ਤੇ ਜਿਹੜਾ ਮਤਲਬ ਅਫਸਰਾਂ ਦਾ ਇੱਕ ਡਰ ਬਣਿਆ, ਲੋਕ ਆਉਂਦੇ ਨਹੀਂ ਆ, ਮਿਲਦੇ ਨਹੀਂ, ਫੋਨ ਨਹੀਂ ਕਰਦੇ, ਪਤਾ ਨਹੀਂ ਪੁਲਿਸ ਵਾਲਿਆਂ ਦਾ ਇੱਕ ਮਤਲਬ ਖੌਫ ਜਿਹਾ ਬਣਿਆ ਹੋਇਆ ਸੀ ਪਿਛਲੇ ਸਮੇਂ 'ਚ, ਪਰ ਤੁਸੀਂ ਜਿਸ ਤਰ੍ਹਾਂ ਲੋਕਾਂ ਦੇ ਨਾਲ ਪਿਆਰ ਵਧਾਇਆ, ਇੱਕ ਮੁਹਿੰਮ ਜਿਹੜੀ ਵੱਖ ਵੱਖ ਤੱਕ ਚਲਾ ਰਹੇ ਹੋ, ਅਤੇ ਉਸ ਮੁਹਿੰਮ ਦੇ ਦੌਰਾਨ ਜਿਸ ਤਰ੍ਹਾਂ ਲੋਕਾਂ ਨਾਲ ਨੇੜਤਾ ਵਧੀਆ, ਅਤੇ ਕ੍ਰਾਈਮ ਨੂੰ ਜਿਹੜਾ ਹੈਗਾ ਖਤਮ ਕਰਨ ਦੇ ਵਿੱਚ ਕਿੰਨਾ ਕੁ ਤੁਸੀਂ ਦੇਖਦੇ ਹੋ ਕਾਰਗਰ ਸਾਬਤ ਹੋ ਰਿਹਾ, ਕਿਉਂਕਿ ਲੋਕ ਇੱਕ ਜਿਹੜਾ ਹੈਗਾ ਜ਼ਰੀਆ ਹੁੰਦੇ ਆ, ਲੋਕਾਂ ਨੂੰ ਪਤਾ ਹੁੰਦਾ ਕਿ ਕਿੱਥੇ ਕ੍ਰਾਈਮ ਕੀ ਹੋ ਰਿਹਾ, ਅਤੇ ਲੋਕ ਜਦੋਂ ਨੇੜਤਾ ਵੱਧਦੀ ਆ, ਪਿਆਰ ਵੱਧਦਾ, ਅਤੇ ਫਟਾਫਟ ਫੋਨ ਕਰਕੇ ਦੱਸ ਦਿੰਦੇ ਵੀ ਇੱਥੇ ਕੁਛ, ਉਹਦੇ 'ਚ ਕਿੰਨੀ ਕੁ ਹੈਲਪ ਮਿਲੀ ਆ ਤੁਹਾਨੂੰ ਇੱਥੇ ਕ੍ਰਾਈਮ ਖਤਮ ਕਰਨ ਦੇ ਵਿੱਚ ਜਾਂ ਕ੍ਰਾਈਮ ਘਟਾਉਣ ਦੇ ਵਿੱਚ? ਜੀ, ਬਹੁਤ ਅੱਛਾ ਸਵਾਲ ਆ, ਕਿਉਂਕਿ ਜਿਹੜੀ ਪੁਲਿਸ ਦੀ ਪ੍ਰਾਈਮ ਡਿਊਟੀ ਹੈ, ਪ੍ਰਵੈਂਸ਼ਨ ਐਂਡ ਡਿਟੈਕਸ਼ਨ ਆਫ ਕ੍ਰਾਈਮ ਪੁਲਿਸ ਦੀ ਡਿਊਟੀ ਹੈ, ਇਹਦੇ ਨਾਲ ਜਦ ਅਸੀਂ ਆਪਣੇ ਵਸਨੀਕਾਂ ਦੇ ਨਾਲ ਜ਼ਿਆਦਾ ਨੇੜਤਾ ਨਾਲ ਕੰਮ ਕਰਦੇ ਹਾਂ ਤਾਂ ਸਾਨੂੰ ਜਿਹੜੀ ਇਤਲਾਹ ਹੈ ਉਹ ਹੋਰ ਸੌਖੇ ਢੰਗ ਨਾਲ ਮਿਲਣ ਲੱਗ ਜਾਂਦੀ ਹੈ। ਕੱਲ੍ਹ ਹੀ ਮੈਨੂੰ ਇੱਥੇ ਕੋਈ ਬੈਠੇ ਬੈਠੇ ਹੀ ਕਿਸੇ ਨੇ ਇਤਲਾਹ ਦਿੱਤੀ ਤਾਂ ਉਹਨਾਂ ਦੇ ਬੈਠੇ ਬੈਠੇ ਹੀ ਮੈਂ ਉਸ ਇਤਲਾਹ 'ਤੇ ਐਕਸ਼ਨ ਲਿਆ। ਉਹ ਐਕਸ਼ਨ ਨਾਲ ਇਹ ਕੀ ਹੁੰਦਾ, ਇਹ ਲੋਕਾਂ 'ਚ ਵਿਸ਼ਵਾਸ ਦੀ ਭਾਵਨਾ ਵੱਧਦੀ ਹੈ ਕਿ ਜੇ ਅਸੀਂ ਪੁਲਿਸ ਨੂੰ ਕੋਈ ਅਸੀਂ ਇਤਲਾਹ ਦਿੰਦੇ ਹਾਂ ਤਾਂ ਉਹਦਾ ਕੋਈ ਨਾ ਕੋਈ ਐਕਸ਼ਨ ਲਿਆ ਜਾਂਦਾ। ਤਾਂ ਇਹ ਜਿਹੜੀਆਂ ਚੀਜ਼ਾਂ ਇਹਦੇ ਨਾਲ ਲੋਕਾਂ ਨੂੰ ਜਿੱਥੇ ਪੁਲਿਸ ਨਾਲ ਨੇੜਤਾ ਦਾ ਫਾਇਦਾ ਇਹ ਹੈ ਸਾਨੂੰ ਕਿ ਜਿੱਥੇ ਲੋਕਾਂ 'ਚ ਵਿਸ਼ਵਾਸ ਵੱਧਦਾ ਉੱਥੇ ਸਮਾਜ 'ਚ ਸੁਰੱਖਿਆ ਦੀ ਭਾਵਨਾ ਵੀ ਵੱਧਦੀ ਹੈ। ਸੋ ਜਿਹੜੇ ਅੱਛੇ ਰਿਲੇਸ਼ਨ ਹੈ, ਚੰਗੇ ਰਿਲੇਸ਼ਨ ਹੈ, ਉਹ ਹਮੇਸ਼ਾ ਜਿਹੜੇ ਹੈਗੇ ਆ ਉਹ ਤੁਹਾਡੀ ਸ਼ਾਖ ਨੂੰ ਵੀ ਵਧਾਉਂਦੇ ਹੈ ਅਤੇ ਨਾਲ ਦੀ ਨਾਲ ਤੁਹਾਡੇ ਇਲਾਕੇ 'ਚ ਲਾਅ ਐਂਡ ਆਰਡਰ ਜਿਹੜਾ ਹੈਗਾ ਉਹਨੂੰ ਮੇਨਟੇਨ ਕਰਨ 'ਚ ਬਹੁਤ ਸਹਾਈ ਸਿੱਧ ਹੁੰਦੇ ਆ।
ਡੀਐਸਪੀ ਸਾਹਿਬ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਜਿਹੜਾ ਬਜ਼ੁਰਗਾਂ ਨੂੰ ਹੁਣ ਅਸੀਂ ਫੋਨ ਕਾਲ ਦੇ ਉੱਤੇ ਘਰੇ ਜਿਹੜੀ ਹੈਗੀ ਕਾਨੂੰਨੀ ਸੇਵਾਵਾਂ ਦੇਣਗੇ, ਉਹਨਾਂ ਨੂੰ ਥਾਣੇ ਕਚਹਿਰੀਆਂ 'ਚ ਧੱਕੇ ਖਾਣ ਦੀ ਜ਼ਰੂਰਤ ਨਹੀਂ ਆ। ਬਹੁਤ ਵਧੀਆ ਉਪਰਾਲਾ, ਅਤੇ ਮੈਂ ਚਾਹੁੰਦਾ ਇੱਕ ਵਾਰੀ ਤੁਸੀਂ ਨੰਬਰ ਜ਼ਰੂਰ ਜਿਹੜੇ ਹੈਗੇ ਆ ਬਜ਼ੁਰਗਾਂ ਨੂੰ ਜਾਂ ਉਹਨਾਂ ਦੇ ਕੋਈ ਜਿਹੜਾ ਜਾਣਕਾਰ ਹੈਗਾ ਉਹ ਨੰਬਰ ਤੁਹਾਡਾ ਸੰਪਰਕ ਕਰ ਸਕਣ ਜਿਹਨੂੰ ਜ਼ਰੂਰਤ ਆ, ਅਤੇ ਕਿਸ ਤਰ੍ਹਾਂ ਦੀ ਸੇਵਾਵਾਂ ਜਿਹੜੀਆਂ ਪ੍ਰਦਾਨ ਕਰੋਗੇ ਅਤੇ ਨੰਬਰ ਵੀ ਜ਼ਰੂਰ ਦੱਸ ਦਿਓ। ਬਿਲਕੁਲ, ਮੈਂ ਇੱਕ ਛੋਟੀ ਜਿਹੀ ਗੱਲ ਇਹਦੇ 'ਚ ਹੋਰ ਐਡ ਕਰਨੀ ਚਾਹਾਂਗਾ ਕਿ ਅੱਜ ਸੰਗਰਾਂਦ ਦੇ ਸ਼ੁਭ ਦਿਹਾੜੇ 'ਤੇ ਅਸੀਂ ਇੱਕ ਹੋਰ ਜਿਹੜੀ ਛੋਟੀ ਜਿਹੀ ਪਹਿਲ ਇਹਦੇ 'ਚ ਅਸੀਂ ਕਰਨ ਜਾ ਰਹੇ ਹਾਂ ਕਿ ਅਸੀਂ ਸ਼੍ਰੀ ਚਮਕੌਰ ਸਾਹਿਬ ਇਲਾਕੇ ਦੇ ਵਸਨੀਕਾਂ ਨੂੰ ਬੇਨਤੀ ਕੀਤੀ ਹੈ ਕਿ ਤੁਹਾਨੂੰ ਤੁਹਾਡੇ ਇਲਾਕੇ ਵਿੱਚ ਜੇਕਰ ਕਿਤੇ ਵੀ ਕੋਈ ਅਜਿਹਾ ਵਿਅਕਤੀ ਜੋ ਤੁਹਾਨੂੰ ਲੱਗਦਾ ਕਿ ਉਹ ਬੇਸਹਾਰਾ ਹੈ, ਉਹ ਮੰਦਬੁੱਧੀ ਹੈ, ਉਹ ਬਿਮਾਰ ਹੈ, ਲਾਚਾਰ ਹੈ, ਉਹ ਬਜ਼ੁਰਗ ਹੈ ਕਿਸੇ ਤਰ੍ਹਾਂ ਦਾ, ਕੋਈ ਬੱਚਾ ਹੈ ਜਿਹੜਾ ਕਿ ਲੱਗਦਾ ਹੈ ਉਹ ਵਿਚਾਰਾ ਵਿਛੜਿਆ ਕਿਸੇ ਤੋਂ, ਅਜਿਹੇ ਕਿਸੇ ਵੀ ਵਿਅਕਤੀ ਦੀ ਕੋਈ ਵੀ ਤੁਹਾਨੂੰ ਜਾਣਕਾਰੀ ਮਿਲਦੀ ਹੈ ਤਾਂ ਤੁਸੀਂ ਤੁਰੰਤ ਸਾਨੂੰ ਉਹ ਇਤਲਾਹ ਦਿਓ। ਅਸੀਂ ਪਹਿਲ ਦੇ ਆਧਾਰ 'ਤੇ ਅਜਿਹੇ ਬੇਸਹਾਰਾ ਬਜ਼ੁਰਗ ਲੋੜਵੰਦ ਵਿਅਕਤੀ ਨੂੰ ਅਸੀਂ ਉਹਨਾਂ ਦੀ ਢੁੱਕਵੀਂ ਜਗ੍ਹਾ 'ਤੇ ਪਹੁੰਚਾ ਕੇ ਉਹਨਾਂ ਦਾ ਪਹਿਲਾਂ ਅਸੀਂ ਮੈਡੀਕਲ ਕਰਾਵਾਂਗੇ। ਮੈਡੀਕਲ ਕਰਾਉਣ ਉਪਰੰਤ ਉਹਨਾਂ ਨੂੰ ਮਾਨਯੋਗ SDM ਸਾਹਿਬ ਤੋਂ ਇਜਾਜ਼ਤ ਲੈ ਕੇ ਉਹਨਾਂ ਦੇ ਮੁੜ ਵਸੇਬੇ ਵਾਸਤੇ ਅਸੀਂ ਉਹਨਾਂ ਨੂੰ ਜਿਵੇਂ ਢੁੱਕਵੀਆਂ ਥਾਵਾਂ ਤੁਸੀਂ ਦੇਖਦੇ ਹੋ ਕਿ ਸਾਡੀਆਂ ਸਰਕਾਰੀ ਬੜੀਆਂ ਸੰਸਥਾਵਾਂ ਨੇ, ਸਰਕਾਰੀ ਸੰਸਥਾਵਾਂ ਦੇ ਨਾਲ ਨਾਲ ਸਮਾਜਿਕ ਬੜੀਆਂ ਸੰਸਥਾਵਾਂ ਨੇ ਜਿਨ੍ਹਾਂ 'ਚ ਅਸੀਂ ਅਜਿਹੇ ਵਿਅਕਤੀਆਂ ਨੂੰ ਦਾਖਲ ਕਰਾ ਕੇ ਉਹਨਾਂ ਦੀ ਰੋਜ਼ਾਨਾ ਜ਼ਿੰਦਗੀ ਦੀਆਂ ਜਿਹੜੀਆਂ ਜ਼ਰੂਰਤਾਂ ਉਹਨਾਂ ਨੂੰ ਪੂਰਾ ਕਰਨ ਵਿੱਚ ਅਸੀਂ ਉਹਨਾਂ ਦੇ ਕੰਮ ਆ ਸਕਦੇ ਹਾਂ। ਸੋ ਜਿਹੜੇ ਨੰਬਰ ਨੇ, ਸਭ ਤੋਂ ਪਹਿਲਾਂ ਮੈਂ ਆਪਣਾ ਨੰਬਰ, ਮੇਰਾ ਜਿਹੜਾ DSP ਚਮਕੌਰ ਸਾਹਿਬ, ਮੈਂ ਤੈਨਾਤ ਹਾਂ 99154001 ਇਹਦੇ ਨਾਲ ਨਾਲ SHO ਸ਼੍ਰੀ ਚਮਕੌਰ ਸਾਹਿਬ ਸ਼੍ਰੀ ਰੁਪਿੰਦਰ ਸਿੰਘ ਜੀ ਦਾ ਨੰਬਰ 98 729 77 727 9872977727 ASI ਸਾਡੇ ਇੰਚਾਰਜ ਨੇ ਸਮਰਜੀਤ ਸਿੰਘ, ਪੁਲਿਸ ਚੌਂਕੀ ਬੇਲਾ, ਉਹਨਾਂ ਦਾ ਨੰਬਰ 94631 94917 9463194917। ਇਸੇ ਤਰ੍ਹਾਂ ਇੰਚਾਰਜ ਚੌਂਕੀ ਡੱਲਾ ਜਸਵਿੰਦਰ ਸਿੰਘ ਨੇ, ਉਹਨਾਂ ਦਾ ਨੰਬਰ ਹੈ 93162424521 93162244521। ਸੋ ਮੇਰੀ ਬੇਨਤੀ ਹੈ ਕਿ ਤੁਹਾਡੇ ਇਲਾਕੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਲਾਵਾਰਸ, ਕੋਈ ਬੇਸਹਾਰਾ, ਕੋਈ ਬਿਮਾਰ, ਕੋਈ ਬਜ਼ੁਰਗ ਜਿਹੜਾ ਕਿ ਆਪਣੇ ਆਪ ਦੀ ਸਾਂਭ ਸੰਭਾਲ ਨਹੀਂ ਕਰ ਸਕਦਾ, ਜਾਂ ਕੋਈ ਬੱਚਾ ਤੁਹਾਨੂੰ ਤੁਹਾਡੇ ਨੋਟਿਸ 'ਚ ਆਉਂਦਾ, ਤਾਂ ਇਹਦੀ ਤੁਰੰਤ ਇਹਨਾਂ ਨੰਬਰਾਂ ਦੀ ਸੂਚਨਾ ਦਿਓ। ਮੈਂ ਤੁਹਾਨੂੰ ਯਕੀਨ ਦਿਵਾਉਣਾ ਕਿ ਅਸੀਂ ਅਜਿਹੇ ਵਿਅਕਤੀਆਂ ਨੂੰ ਪ੍ਰੋਪਰ ਉਹਨਾਂ ਦਾ ਮੈਡੀਕਲ ਕਰਵਾ ਕੇ ਉਹਨਾਂ ਨੂੰ ਅਸੀਂ ਉਹਨਾਂ ਨੂੰ ਉਹ ਸੁਵਿਧਾਜਨਕ ਸਥਾਨ 'ਤੇ ਭੇਜ ਕੇ ਅਸੀਂ ਉਹਨਾਂ ਦੇ ਕੰਮ ਆਉਣ ਦੀ ਕੋਸ਼ਿਸ਼ 'ਚ ਤਤਪਰ ਰਹਾਂਗੇ। ਧੰਨਵਾਦ। ਬਹੁਤ ਵਧੀਆ ਉਪਰਾਲਾ DSP ਸਾਹਿਬ, ਇੰਨਾ ਮਤਲਬ ਭਗਤ ਪੂਰਨ, ਜਿਸ ਤਰ੍ਹਾਂ ਪਿੰਗਲਵਾੜਾ ਚਲਾਇਆ ਜਾ ਰਿਹਾ ਪ੍ਰਭ ਆਸਰਾ ਵੱਲੋਂ, ਬਹੁਤ ਸੰਸਥਾਵਾਂ ਹੈਗੀਆਂ। ਅਤੇ ਗੱਲ ਕੀਤੀ ਜਾਵੇ, ਅਗਰ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਜਿਹੜੇ ਕਾਨੂੰਨੀ ਸੇਵਾਵਾਂ ਜਿਹੜੇ ਬਜ਼ੁਰਗ ਘਰਾਂ ਦੇ ਵਿੱਚ ਪਰੇਸ਼ਾਨ ਆ, ਕੋਈ ਔਲਾਦ ਵੱਲੋਂ ਜਾਂ ਕਿਸੇ ਵੱਲੋਂ ਗੁਆਂਢੀਆਂ ਵੱਲੋਂ ਪਰੇਸ਼ਾਨ ਕੀਤਾ ਜਾ ਰਿਹਾ, ਅਤੇ ਉਹਨਾਂ ਨੂੰ ਕਿਸ ਤਰ੍ਹਾਂ ਦੀ ਸੇਵਾਵਾਂ ਹੈ, ਜਾਂ ਇਹ ਮੰਨ ਲਿਆ ਜਾਵੇ ਕਿ ਅਗਰ ਬਜ਼ੁਰਗਾਂ ਨੂੰ ਕੋਈ ਤੰਗ ਪਰੇਸ਼ਾਨ ਕਰਦਾ ਤਾਂ ਹੁਣ ਪੁਲਿਸ ਦੇ ਖਿਲਾਫ਼ ਸਿੱਧੀ ਜਿਹੜੀ ਹੈਗੀ ਆ ਕਾਰਵਾਈ ਕੀਤੀ ਜਾਊਗੀ, ਅਤੇ ਉਹਨਾਂ ਨੂੰ ਜੇਲ੍ਹ ਵੀ ਹੋ ਸਕਦੀ ਹੈ? ਦੇਖੋ, ਕਾਨੂੰਨੀ ਤੌਰ 'ਤੇ ਪਹਿਲਾਂ ਹੀ ਸਾਡੇ ਕਾਨੂੰਨ 'ਚ ਬਹੁਤ ਤਰ੍ਹਾਂ ਦੇ ਇਹੋ ਜਿਹੇ ਪਾਬੰਦ ਨੇ ਜਿਨ੍ਹਾਂ 'ਚ ਸਾਡੇ ਬਜ਼ੁਰਗਾਂ ਨੂੰ ਸਾਂਭਣ ਲਈ ਜਿਹੜਾ ਉਹ ਕਾਨੂੰਨੀ ਤੌਰ 'ਤੇ ਲੋਕਾਂ ਨੂੰ ਜਿਹੜੇ ਉਹਨਾਂ ਦੇ ਬੱਚੇ ਹੈ ਉਹ ਪਾਬੰਦ ਨੇ, ਉਹ ਸਾਂਭਣਗੇ। ਆਮ ਤੌਰ 'ਤੇ ਆਪਾਂ ਇਹ ਦੇਖਦੇ ਹਾਂ ਕਿ ਜੇਕਰ ਕੋਈ ਵਿਵਾਹਤਾ ਔਰਤ ਹੈ, ਜੇਕਰ ਉਹਦੇ ਪਤੀ ਨਾਲ ਜਿਹੜੀ ਹੈਗੀ ਹੈ ਉਹ ਨਹੀਂ ਬਣਦੀ ਜਾਂ ਉਹਨੂੰ ਨਹੀਂ ਸੰਭਾਲਦਾ, ਤਾਂ ਆਪਾਂ ਆਮ ਭਾਸ਼ਾ 'ਚ ਸੁਣਦੇ ਹਾਂ ਕਿ ਕੋਰਟ ਨੇ ਖਰਚਾ ਲਾਤਾ। ਠੀਕ ਇਸੇ ਪ੍ਰਕਾਰ ਜੇਕਰ ਕਿਸੇ ਬਜ਼ੁਰਗ ਨੂੰ ਉਹਨੂੰ ਉਹਦੇ ਬੱਚੇ ਨਹੀਂ ਸਾਂਭਦੇ, ਸੀਨੀਅਰ ਸਿਟੀਜ਼ਨ ਜਿਹੜਾ 60 ਸਾਲ ਤੋਂ ਉੱਪਰ ਹੈ ਅਤੇ ਉਹਦੇ ਬੱਚੇ ਨਹੀਂ ਸਾਂਭਦੇ, ਜਾਂ ਕੋਈ ਬੱਚਾ ਜਿਹੜਾ ਨਾਬਾਲਗ ਹੈ ਉਹਨੂੰ ਉਹਦੇ ਪੇਰੈਂਟਸ ਜਿਹੜੇ ਸਾਂਭਣ ਨਹੀਂ ਸਾਂਭਦੇ ਜਾਂ ਇਨਕਾਰ ਕਰਦੇ ਆ, ਤਾਂ ਕਾਨੂੰਨੀ ਤੌਰ 'ਤੇ 125 CRPC 'ਚ ਇਹ ਜਿਹੜਾ ਮਾਨਯੋਗ ਅਦਾਲਤ ਉਹਨਾਂ ਨੂੰ ਖਰਚਾ ਲਾ ਦਿੰਦੀ ਹੈ। ਅਤੇ ਨਾਲ ਦੀ ਨਾਲ ਸਾਡੇ ਸੀਨੀਅਰ ਸਿਟੀਜ਼ਨਸ ਲਈ ਅਜਿਹੇ ਬਹੁਤ ਸਾਰੇ ਐਕਟ ਜਿਹੜੇ ਨੈਸ਼ਨਲ ਲੈਵਲ 'ਤੇ ਬਣੇ ਹੋਏ ਨੇ, ਅਤੇ ਜੇਕਰ ਕਿਸੇ ਬਜ਼ੁਰਗ ਨੂੰ ਕੋਈ ਉਹਦਾ ਪਰਿਵਾਰਕ ਮੈਂਬਰ ਤੰਗ ਪਰੇਸ਼ਾਨ ਕਰਦਾ, ਨਹੀਂ ਸੰਭਾਲਦਾ, ਤਾਂ ਉਹਦੇ 'ਚ ਉਹਨਾਂ ਨੂੰ ਸੰਭਾਲਣ ਲਈ ਪਾਬੰਦ ਹੈ, ਉਹ ਸਾਂਭੇਗਾ।
ਜੇਕਰ ਨਹੀਂ ਕਰਦਾ ਤਾਂ ਉਹਨੂੰ ਕਾਨੂੰਨ ਅਨੁਸਾਰ ਸਜ਼ਾ ਮਿਲ ਸਕਦੀ ਹੈ। ਡੀ ਐੱਸ ਪੀ ਸਾਹਿਬ, ਤੁਸੀਂ ਰੋਜ਼ਾਨਾ ਬਹੁਤ ਲੋਕਾਂ ਦੇ ਵਿੱਚ ਵਿਚਰਦੇ ਹੋ, ਤੁਹਾਡੇ ਕੋਲ ਮਾਮਲੇ ਵੀ ਬਹੁਤ ਆਉਂਦੇ ਹੋਣ ਇਸ ਤਰ੍ਹਾਂ ਦੇ, ਵਜ੍ਹਾ ਕੀ ਮੰਨਦੇ ਹੋ? ਕਿਉਂਕਿ ਅੱਜ ਤੋਂ ਅਗਰ 15-20 ਸਾਲ ਪਿੱਛੇ ਜਾਈਏ ਤਾਂ ਬਜ਼ੁਰਗਾਂ ਦੀ ਬਹੁਤ ਕੇਅਰ ਹੁੰਦੀ ਸੀ, ਪਰਿਵਾਰ ਇਕੱਠੇ ਰਹਿੰਦੇ ਹੁੰਦੇ ਸੀਗੇ, ਅਤੇ ਹੁਣ ਕੀ ਵਜ੍ਹਾ ਮੰਨਦੇ ਹੋ ਜਿਹੜੇ ਬਜ਼ੁਰਗਾਂ ਦੀ ਦੁਰਗਤੀ ਹੋ ਰਹੀ ਹੈ, ਬਜ਼ੁਰਗਾਂ ਨੂੰ ਪੁੱਛਿਆ ਨਹੀਂ ਜਾ ਰਿਹਾ, ਕੀ ਕਾਰਨ ਮੰਨਦੇ ਹੋ, ਵਜ੍ਹਾ ਕੀ ਹੈ, ਕਿਸ ਤਰ੍ਹਾਂ ਰੋਕਿਆ ਜਾ ਸਕਦਾ ਇਹਨੂੰ? ਇਹਦੇ ਵਿੱਚ ਬਹੁਤ ਸਾਰੇ ਕਾਰਨ ਨੇ। ਦੇਖੋ, ਪਹਿਲਾਂ ਸਾਡੇ ਜਿਹੜੇ ਪਰਿਵਾਰ ਸੀਗੇ ਉਹ ਜੁਆਇੰਟ ਫੈਮਿਲੀ ਸੀਗੀਆਂ, ਇੱਕ ਜਿਵੇਂ ਪਰਿਵਾਰ ਦੇ ਸਾਰੇ ਮੈਂਬਰ ਇੱਕ ਛੱਤ ਥੱਲੇ ਇੱਕ ਚੁੱਲ੍ਹੇ ਦਾ ਪੱਕਿਆ ਭੋਜਨ ਖਾਂਦੇ ਸੀ, ਹੁਣ ਨਿਊਕਲੀਅਰ ਫੈਮਿਲੀਜ਼ ਹੋ ਗਈਆਂ ਜ਼ਿਆਦਾ। ਤੁਸੀਂ ਦੇਖੋ ਕਿ ਰੁਜ਼ਗਾਰ ਦੇ ਚੱਕਰ 'ਚ ਬੱਚੇ ਜਿਹੜੇ ਹੈਗੇ ਆ, ਪਹਿਲਾਂ ਤਾਂ ਪਰਿਵਾਰ ਹੀ ਸੀਮਤ ਹੈ, ਫਿਰ ਉਹ ਪਰਿਵਾਰ 'ਚੋਂ ਵੀ ਬੱਚੇ ਜਿਹੜੇ ਹੈਗੇ ਆ ਫੋਰਨ ਜਾ ਰਹੇ ਹੈ, ਜਾਂ ਆਪਾਂ ਕਹਿ ਲਈਏ ਜੇ ਇੱਥੇ ਹੈ ਤਾਂ ਉਹਨਾਂ ਨੂੰ ਆਪਣੇ ਰੁਜ਼ਗਾਰ ਵਾਸਤੇ ਇੱਕ ਤੋਂ ਦੂਜੀ ਥਾਂ 'ਤੇ ਜਾਣਾ ਪੈਂਦਾ, ਜਾਂ ਕਈ ਵਾਰੀ ਕਿਤੇ ਨਾ ਕਿਤੇ ਪਰਿਵਾਰ 'ਚ ਇਕੱਠੇ ਰਹਿੰਦੇ ਹੋਏ ਵੀ ਬਜ਼ੁਰਗਾਂ ਗੋਲਿਆਂ ਹੋ ਜਾਂਦੇ ਆ। ਸਾਰੇ ਕਿਤੇ ਨਹੀਂ ਹੁੰਦੇ, ਪਰ ਕਿਸੇ ਨਾ ਕਿਸੇ ਜਗ੍ਹਾ 'ਤੇ ਕਈ ਸਾਰੀਆਂ ਦਿੱਕਤਾਂ ਹੁੰਦੀਆਂ, ਜਿਨ੍ਹਾਂ ਕਰਕੇ ਕਈ ਵਾਰੀ ਫਾਈਨੈਂਸ਼ੀਅਲ ਦਿੱਕਤਾਂ ਹੀ ਹੁੰਦੀਆਂ, ਜਿਨ੍ਹਾਂ ਕਰਕੇ ਕਿਤੇ ਨਾ ਕਿਤੇ ਅਣਗੋਲਿਆ ਹੋ ਜਾਂਦਾ। ਸੋ ਮੈਂ ਤੁਹਾਡੇ ਮਾਧਿਅਮ ਰਾਹੀਂ, ਮੈਂ ਆਪਣੇ ਸਾਰੇ ਸਰੋਤਿਆਂ ਨੂੰ ਜਿਹੜੇ ਸਾਡਾ ਪ੍ਰੋਗਰਾਮ ਦੇਖ ਰਹੇ ਨੇ, ਸੁਣ ਰਹੇ ਨੇ, ਉਹਨਾਂ ਨੂੰ ਬੇਨਤੀ ਕਰਦਾ ਕਿ ਇਹ ਬਹੁਤ ਵਡਮੁੱਲੇ, ਜਿਨ੍ਹਾਂ ਦਾ ਕੋਈ ਮੁੱਲ ਹੀ ਨਹੀਂ ਹੈਗਾ, ਸਾਡੇ ਬਜ਼ੁਰਗ ਨੇ, ਆਓ ਆਪਾਂ ਰਲ ਕੇ ਇਹਨਾਂ ਦੀ ਸਾਂਭ ਸੰਭਾਲ ਕਰੀਏ। ਅਤੇ ਜੇਕਰ ਪੁਲਿਸ, ਤੁਸੀਂ ਸਮਝਦੇ ਹੋ ਅਸੀਂ ਕਿਤੇ ਤੁਹਾਡੇ ਕਿਤੇ ਕੰਮ ਆ ਸਕਦੇ ਹਾਂ, ਸਾਨੂੰ ਵੀ ਇਹਦੀ ਸੂਚਨਾ ਦਿਓ ਤਾਂ ਕਿ ਆਪਾਂ ਰਲ ਮਿਲ ਕੇ ਆਪਣੇ ਬਜ਼ੁਰਗਾਂ ਦੀ ਸਾਂਭ ਸੰਭਾਲ ਕਰ ਸਕੀਏ। ਥੈਂਕ ਯੂ। ਡੀ ਐੱਸ ਪੀ ਸਾਹਿਬ, ਇੱਕ ਸੋਸ਼ਲ ਮੀਡੀਆ 'ਤੇ ਆਮ ਤੌਰ 'ਤੇ ਜਿਹੜੇ ਸਮਾਜ ਸੇਵੀ ਬਹੁਤ ਇੱਦਾਂ ਦੀ ਛੋਟੀ ਛੋਟੀਆਂ ਮਲਕ ਕਲਿਪਸ ਆਉਂਦੀਆਂ, ਇਹ ਪਰਿਵਾਰਾਂ ਦੇ ਵਿੱਚ ਮੋਬਾਈਲ ਨੂੰ ਜਿਹੜਾ ਹੈਗਾ ਇੱਕ ਅੱਜ ਕੱਲ੍ਹ ਜਿਹੜਾ ਬਹੁਤ ਪੁਆੜਾ ਮੰਨਿਆ ਜਾਂਦਾ, ਮਤਲਬ ਇੱਕ ਪਰਿਵਾਰ ਦੇ ਵਿੱਚ ਜੇ 5 ਮੈਂਬਰ, ਇੱਕ ਬਜ਼ੁਰਗ ਵਿਚਾਰਾ ਕਮਰੇ ਦੇ ਵਿੱਚ ਪਿਆ ਅਤੇ 4 ਮੈਂਬਰ ਮੋਬਾਈਲ 'ਤੇ ਲੱਗੇ ਹੋਏ ਆ, ਬਜ਼ੁਰਗ ਉੱਧਰ ਅਲੱਗ ਪਿਆ, ਉਹ ਦਵਾਈ ਮੰਗ ਰਿਹਾ, ਪਾਣੀ ਮੰਗ ਰਿਹਾ, ਮੋਬਾਈਲਾਂ ਦੇ ਵਿੱਚ ਉਲਝੇ ਹੋਏ ਸਾਰੇ, ਮਤਲਬ ਛੋਟਾ ਬੱਚਾ ਇੱਕ ਦੁੱਧ ਪੀਂਦਾ, ਉਹਦੀ ਮਾਂ ਜਿਹੜੀ ਮੋਬਾਈਲ ਦੇ ਵਿੱਚ ਫੇਸਬੁੱਕ 'ਤੇ ਲੱਗੀ ਹੋਈ ਆ, ਉਹ ਰੋ ਰਿਹਾ, ਮਤਲਬ ਮੋਬਾਈਲ ਨੂੰ ਕਿੰਨਾ ਕੁ ਮੰਨਦੇ ਹੋ, ਕਾਰਨ ਜਿਹੜਾ ਹੈਗਾ ਇਹ ਦੂਰੀਆਂ ਜਿਹੜੀਆਂ ਆ ਰਹੀਆਂ। ਦੇਖੋ, ਹਰੇਕ ਚੀਜ਼ ਦੇ ਨਾ ਮੈਰਿਟਸ ਅਤੇ ਡੀਮੈਰਿਟਸ ਹੁੰਦੇ ਆ। ਹੁਣ ਮੋਬਾਈਲ ਦੀ ਜੇ ਅਸੀਂ ਗੱਲ ਕਰਦੇ ਹਾਂ, ਜਿਵੇਂ ਤੁਸੀਂ ਦੱਸਿਆ ਕਿ ਮੋਬਾਈਲ 'ਚ ਬਿਜ਼ੀ ਹੋ ਜਾਂਦੇ ਆ, ਤਾਂ ਉੱਥੇ ਦੂਸਰੇ ਪਾਸੇ ਜੇ ਅਸੀਂ ਦੇਖਦੇ ਹਾਂ ਤਾਂ ਮੋਬਾਈਲ ਦੇ ਬਹੁਤ ਸਾਰੇ ਸੁੱਖ ਸਾਧਨ ਵੀ ਨੇ। ਅਸੀਂ ਇੱਕ ਦੂਜੇ ਨਾਲ ਹਰ ਸਮੇਂ 24 ਆਵਰ ਜੁੜੇ ਵੀ ਹੋਏ ਹਾਂ, ਬਹੁਤ ਸਾਰੀਆਂ ਸੂਚਨਾਵਾਂ ਅਸੀਂ ਜਿਹੜੀਆਂ ਮੋਬਾਈਲ ਤੋਂ ਦੇਖ ਲੈਂਦੇ ਹਾਂ। ਸਾਡਾ ਸਾਰਾ ਵਰਲਡ ਜਿਹੜਾ ਹੈਗਾ ਹੁਣ ਅਸੀਂ ਵਰਲਡ ਨਾਲ ਅਸੀਂ ਆਪਣੇ ਮੋਬਾਈਲ ਤੋਂ ਹੀ ਜੁੜ ਸਕਦੇ ਹਾਂ। ਪਰ ਮੈਂ ਨਾਲ ਦੀ ਨਾਲ ਇਹ ਤੁਹਾਨੂੰ ਬੇਨਤੀ ਕਰਾਂਗਾ ਕਿ ਹਰ ਚੀਜ਼ ਦਾ ਇੱਕ ਢੁੱਕਵਾਂ ਸਮਾਂ ਹੁੰਦਾ, ਸਮਾਂ ਜ਼ਰੂਰ ਦਿਓ ਕਿ ਕਿਸ ਸਮੇਂ ਮੈਂ ਕਿਹੜੀ ਚੀਜ਼ ਨੂੰ ਕਿੰਨਾ ਕਰਨਾ। ਹੁਣ ਜੇਕਰ ਕੋਈ ਡਿਊਟੀ ਕਰਨ ਵਾਲਾ ਵਿਅਕਤੀ ਹੈ, ਉਹ ਆਪਣੀ ਡਿਊਟੀ ਦੇ ਦੌਰਾਨ ਸਾਰਾ ਦਿਨ ਆਪਣੇ ਮੋਬਾਈਲ 'ਤੇ ਹੀ ਬਿਜ਼ੀ ਰਹਿੰਦਾ ਹੈ, ਤਾਂ ਇਹ ਬਹੁਤ ਗਲਤ ਪ੍ਰਚਲਨ ਹੈ, ਨਹੀਂ ਕਰਨਾ ਚਾਹੀਦਾ। ਤੁਸੀਂ ਉਹਦੇ 'ਚ ਟਾਈਮ ਹੈ, ਜਦੋਂ ਤੁਹਾਨੂੰ ਵਿੱਚੋਂ ਟਾਈਮ ਲੱਗਦਾ ਤੁਸੀਂ ਉਹਦੇ ਤੋਂ ਆਪਣਾ ਕੋਈ ਜ਼ਰੂਰੀ ਮੈਸੇਜ ਜਾਂ ਜ਼ਰੂਰੀ ਤੁਸੀਂ ਆਪਣੇ ਇਹਨੂੰ ਯੂਜ਼ ਕਰਨ ਦੇ ਢੰਗ ਰੱਖੇ ਜਾਣੇ ਚਾਹੀਦੇ ਹੈ। ਤੁਸੀਂ ਲੰਚ ਟਾਈਮ 'ਚ, ਤੁਸੀਂ ਲੰਚ ਕਰਨ ਤੋਂ ਬਾਅਦ ਕੋਈ ਜ਼ਰੂਰੀ ਮੈਸੇਜ ਦੇਖ ਸਕਦੇ ਹੋ। ਇਹ ਨਹੀਂ ਕਿ ਤੁਸੀਂ ਡਿਊਟੀ 'ਤੇ ਬੈਠੇ ਵੀ ਸਾਰਾ ਦਿਨ ਆਪਣੇ ਮੋਬਾਈਲ 'ਚ ਲੱਗੇ ਹੋ, ਤਾਂ ਕਹਿਣ ਤੋਂ ਭਾਵ ਖਾਸ ਕਰਕੇ ਡੀ ਐੱਸ ਪੀ ਸਾਹਿਬ ਜਦੋਂ ਪਰਿਵਾਰ ਦੇ ਵਿੱਚ ਬੈਠੇ ਹੁੰਦੇ, 4 ਮੈਂਬਰ ਇਕੱਠੇ ਹੋ ਕੇ ਨਾ ਇੱਕ ਦੂਜੇ ਦਾ ਦੁੱਖ ਸੁੱਖ ਸੁਣਨਾ, ਉਸ ਸਮੇਂ ਜ਼ਰੂਰ ਜਿਹੜਾ ਸਮਾਂ ਦੇਣਾ ਚਾਹੀਦਾ, ਬਿਲਕੁਲ ਦੇਣਾ ਚਾਹੀਦਾ। ਹਰ ਚੀਜ਼ ਨੂੰ ਇਹਨੂੰ ਵਰਤਣ ਦੇ ਪ੍ਰੋਪਰ ਅੱਛੇ ਢੰਗ ਤਰੀਕੇ ਨਾਲ ਹੀ ਹਰ ਚੀਜ਼ ਨੂੰ ਵਰਤਣਾ ਚਾਹੀਦਾ। ਜੇ ਅਸੀਂ ਲੋੜ ਨਾਲੋਂ ਵੱਧ ਕਿਸੇ ਚੀਜ਼ ਦੇ ਅਡਿਕਟ ਹੋ ਜਾਵਾਂਗੇ, ਫਿਰ ਤਾਂ ਜਿਵੇਂ ਕਿ ਅੱਜ ਕੱਲ੍ਹ ਆਪਾਂ ਸੁਣਨ ਜਾ ਰਿਹਾ ਕਿ ਛੋਟੇ ਛੋਟੇ ਬੱਚੇ ਜਿਹੜੇ ਹੈਗੇ ਆ ਉਹਨਾਂ ਨੂੰ ਮੋਬਾਈਲ ਦੀ ਅਡਿਕਸ਼ਨ ਹੋ ਰਹੀ ਹੈ, ਪੇਰੈਂਟਸ ਜਿਹੜੇ ਹੈਗੇ ਆ ਉਹ ਉਹਨਾਂ ਨੂੰ ਉਹਨਾਂ ਦੇ ਇਲਾਜ ਤੱਕ ਕਰਾ ਰਹੇ ਨੇ। ਸੋ ਮੇਰੀ ਉਹ ਵੀ ਉਹਨਾਂ ਮਾਵਾਂ ਨੂੰ ਵੀ ਜਿਨ੍ਹਾਂ ਦੇ ਬੱਚੇ ਛੋਟੇ ਆ ਉਹਨਾਂ ਨੂੰ ਵੀ ਬੇਨਤੀ ਹੈ ਕਿ ਥੋੜ੍ਹਾ ਜਿਹਾ ਸਮੇਂ ਦੇ ਬਚਾਅ ਵਾਸਤੇ ਬੱਚੇ ਨੂੰ ਮੋਬਾਈਲ ਵਿੱਚ ਨਾ ਉਹਨੂੰ ਰਝਾਓ। ਉਹਦੀ ਉਮਰ ਜਿਹੜੀ ਹਲੇ ਬਹੁਤ ਛੋਟੀ ਹੈ, ਉਹਦੀ ਮਾਨਸਿਕਤਾ ਜਿਹੜੀ ਹੈ, ਜਿਵੇਂ ਉਹ ਬੱਚਾ ਜਿਹਦਾ ਬ੍ਰੇਨ ਆ ਉਹਦਾ ਉਹ ਕੋਰੀ ਸਲੇਟ ਵਰਗਾ ਹੁੰਦਾ, ਉਹਦੇ 'ਤੇ ਉਹੀ ਕੁਛ ਬੈਠ ਜਾਏਗਾ, ਲਿਖਿਆ ਜਾਏਗਾ ਜਿਹੜਾ ਉਹਨੂੰ ਬਚਪਨ 'ਚ ਦੱਸਿਆ ਜਾਂਦਾ। ਸੋ ਮੈਂ ਤੁਹਾਡੇ ਮਾਧਿਅਮ ਰਾਹੀਂ ਸਾਰੇ ਸ਼ਹਿਰੀਆਂ ਨੂੰ, ਸੁਣਨ ਵਾਲਿਆਂ ਨੂੰ ਇਹੀ ਬੇਨਤੀ ਕਰਦਾ ਕਿ ਆਓ ਆਪਾਂ ਰਲ ਕੇ ਆਪਣੇ ਸੀਨੀਅਰ ਸਿਟੀਜ਼ਨ ਦਾ ਆਦਰ ਸਨਮਾਨ ਕਰੀਏ, ਉਹਨਾਂ ਨੂੰ ਪੇਸ਼ ਆਉਂਦੀਆਂ ਜਿਹੜੀਆਂ ਦਿੱਕਤਾਂ ਉਹਨਾਂ ਨੂੰ ਰਲ ਮਿਲ ਕੇ ਹੱਲ ਕਰੀਏ। ਧੰਨਵਾਦ। ਸੋ ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਡੀ ਐੱਸ ਪੀ ਚਮਕੌਰ ਸਾਹਿਬ, ਜਿਨ੍ਹਾਂ ਨੇ SSP ਡਾਕਟਰ ਸੰਦੀਪ ਗਰਗ ਦੀ ਅਗਵਾਈ ਦੇ ਵਿੱਚ ਇੱਕ ਬਹੁਤ ਵਧੀਆ ਇੱਕ ਉਪਰਾਲਾ ਜਿਹੜਾ ਹੈਗਾ ਕਾਬਲੇ ਤਾਰੀਫ ਸ਼ੁਰੂਆਤ ਕੀਤੀ ਹੈ ਕਿ ਬਜ਼ੁਰਗਾਂ ਨੂੰ ਇੱਕ ਤਾਂ ਜਿਹੜੀਆਂ ਹੈਗੀਆਂ ਮਤਲਬ ਦਿੱਕਤਾਂ ਪਰੇਸ਼ਾਨੀਆਂ ਆਉਂਦੀਆਂ ਉਹ
थाने कचहरी तक जिहड़ी हैगी कानूनी सेवावां लैण दे लई पहुँच नहीं कर सकते, उन्हां नूं घरे बैठे जिहड़ी हैगी आ कानूनी सेवावां जिहड़ी हैगीआं दित्तीआं जाणगीआं। कोई भी बजुर्ग इन्हां नूं नंबर दित्ते आ जिहड़े हैगे आ डिस्प्ले भी कर रहे सी नीचे, ते उह नंबरां ते तुसीं संपर्क करके घरे जिहड़े बैठे आ कानूनी सहायता ले सकदे हो। किसे दी तरहां दी परेशानी है, दिक्कत आ, कोई तंग परेशान करदा तां तुसीं पुलिस दी जिहड़ी हैगी आ सहायता घरे बैठे ले सकदे हो। दूसरा जिहड़ा हैगा वधिया उपराला इन्हां ने भाई घनैया दे राह दे उत्ते चलदे जिहड़े हैगा लिया है कि जिहड़े लवारिस बजुर्ग आ या जिहड़े जिन्हां दा कोई सांभण संभाल आ नहीं सड़कां ते रुल रहे आ दिमागी तौर ते ठीक नहीं आ, उन्हां नूं जिहड़ा हैगा इन्हां दा कहिंदा कि पुलिस वल्लों इक उन्हां नूं जिहड़ा हैगा सूचना दित्ती जावे, उन्हां नूं असीं जिहड़ा हैगा उन्हां दा बकायदा इलाज करा के उन्हां दा जिहड़ा हैगा जिहड़ा उन्हां दा मुड़ बसेवे दा जिहड़ा प्रबंध करेगी पुलिस, भावें सरकारी जिहड़े हैगे आ संस्थावां होण भावें प्राइवेट संस्थावां, पुलिस खुद जिहड़ा हैगा उन्हां नूं लवारिस जिहड़े हैगे आ व्यक्तियां नूं या मामा धीआं भैणां कोई भी जिहड़ा किसी भी तरह का कोई बच्चा होवे तां उन्हां लवारसां नूं खुद हुण पुलिस जिहड़ी हैगी आ उन्हां दी सेवा संभाल करेगी ते उन्हां नूं सही जगह उन्हां दी पजावेगी, ते अगर कानूनी सेवावां दी लोड़ है तां उह भी जिहड़ी हैगी आ पुलिस दा कहिणा कि उह भी सेवावां जिहड़ियां हैगीआं प्रदान कीतीआं जाणगीआं। सो वाकई काबले तारीफ जिहड़ा हैगा उपराला कीता गया रूपनगर पुलिस के वालों, असं सलाम करते हैं इन्हों इस उपराले नूं, ते असीं अपील भी करते हैं लोगों को कि पुलिस का जिहड़ा हैगा वध तों वध साथ दे के इस जिहड़ी हैगी आ मुहिम के तहत बजुर्गों की जिहड़ी कि संभाल दे विच अपना योगदान जरूर पाओ तां जो बजुर्ग मातावां भैणां जिहड़ियां हैगीआं सड़कां ते लवारिस रुल रहे ने या किसी नूं घरां दे विच कानूनी सेवावां दी जरूरत है, बजुर्गों नूं पहुँच करन दे विच दिक्कत हुंदी आ तां उहनां दी जरूर मदद करो अते पुलिस तक जिहड़ी हैगी सूचना पहुँचाओ तां जो पुलिस जिहड़ी हैगी आ उहनां वल्लों मुहिम शुरू की गई आ उस दे विच सफल हो सकन। रूपनगर तो सज्जन सिंह सैणी, पंजाबी लोक चैनल।